ਗੁਰਦਾਸਪੁਰ ਦੇ ਬੱਬੇ ਵਾਲੀ ਸਿੰਜ ਮੇਲੇ ਵਿੱਚ ਪਹੁੰਚੇ ਬਿਕਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਆਮ ਆਦਮੀ ਪਾਰਟੀ ਨੂੰ ਪੂਰਨ ਤਰੀਕੇ ਨਾਲ ਕਟਕਰੇ ਵਿੱਚ ਖੜਾ ਕੀਤਾ। ਮਜੀਠੀਆ ਦੇ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਕਿਸੇ ਵੀ ਮਾਪਦੰਡ ਉੱਤੇ ਖਰੀ ਨਹੀਂ ਉਤਰਦੀ। ਜਿਹੜੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਸਿੱਖ ਮਰਿਆਦਾ ਦਾ ਪਤਾ ਤੱਕ ਨਹੀਂ, ਉਹ ਲੋਕਾਂ ਦੀ ਕਸੌਟੀ ਉੱਤੇ ਕਿਸ ਤਰ੍ਹਾਂ ਖਰੇ ਉਤਰਨਗੇ। ਛੋਟੇਪੁਰ ਦੀ ਉਦਾਹਰਣ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਹੁਣ ਤਾਂ ਵਿਰੋਧੀ ਦਲ ਤੇ ਵੀ ਇਨ੍ਹਾਂ ਦੇ ਆਪਣੇ ਲੋਕ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿੱਚ ਟਿਕਟਾਂ ਦੀ ਖਰੀਦੋ ਫਰੋਖਤ ਦੇ ਵੀ ਕਈ ਮਾਮਲੇ ਇਨ੍ਹਾਂ ਨੇ ਆਪਣੇ ਹੀ ਲੋਕਾਂ ਵੱਲੋਂ ਪੰਜਾਬ ਦੀ ਜਨਤਾ ਅੱਗੇ ਰੱਖੇ ਗਏ ਹਨ। ਇੱਥੇ ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅੱਜ ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਅਤੇ ਸਨਮਾਨਿਤ ਕਰਨ ਲਈ ਪਹੁੰਚੇ ਸਨ। ਪਹਿਲਾਂ ਦੀ ਗੱਲ ਹੈ, ਉਦੋਂ ਪੁਰਾਤਨ ਖੇਡਾਂ ਮਨਾਈਆਂ ਗਈਆਂ, ਉਹਦਾ ਹਿੱਸਾ ਬਣ ਕੇ ਆ ਨਵੀਆਂ ਖੇਡਾਂ ਉਹਦਾ ਹਿੱਸਾ ਬਣ ਗਈਆਂ। ਇਹਨੂੰ 20 ਸਾਲ ਹੋ ਗਏ ਨੇ ਸਾਨੂੰ ਰੈਸਲਿੰਗ ਕਰਾਉਂਦਿਆਂ ਮੈਟਾਂ ਵਾਲੀਆਂ, ਕਿਉਂਕਿ ਸਮੇਂ ਦੀ ਡਿਮਾਂਡ ਸੀ। ਅਤੇ ਇਸ ਕੁਸ਼ਤੀਆਂ ਵਿੱਚ ਬਹੁਤ ਜ਼ਿਆਦਾ ਖਿਡਾਰੀ ਆਏ ਨੇ, ਇਸ ਵਾਰੀ 22 ਟੀਮਾਂ ਲੜਕਿਆਂ ਦੀਆਂ ਅਤੇ 11 ਟੀਮਾਂ ਲੜਕੀਆਂ ਦੀਆਂ ਆਈਆਂ ਨੇ। ਇਹਨਾਂ ਕੋਚ ਸਾਹਿਬਾਨ ਇਹਨਾਂ ਨੂੰ ਲੈ ਕੇ ਆਏ ਨੇ, ਬਹੁਤ ਜ਼ਿਆਦਾ ਰਹਿਣ ਦੇ ਪ੍ਰਬੰਧ ਜਿਹੜੇ ਸਾਡੇ ਪਿੰਡ ਵੱਲੋਂ ਕੀਤੇ ਜਾ ਰਹੇ ਨੇ। ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਬੜੇ ਧੰਨਵਾਦੀ ਹਾਂ, ਜਿਨ੍ਹਾਂ ਦੀ ਚੰਗੀ ਸੋਚ ਨੇ ਖਿਡਾਰੀਆਂ ਨੂੰ ਇੱਕ ਨਵਾਂ ਉਤਸ਼ਾਹ ਭਰਿਆ ਹੈ। ਸਾਡੀ ਪੁਰਾਤਨ ਖੇਡਾਂ 'ਚ ਕਬੱਡੀ ਨੂੰ ਦੇਖੋਗੇ, ਬਹੁਤ ਜਿਹੜੇ ਪੁਰਾਣੇ ਖਿਡਾਰੀ ਨੇ ਉਹ ਵੀ ਇੱਥੇ ਆਉਂਦੇ ਨੇ, ਨਵੇਂ ਵੀ ਆਏ ਨੇ। ਤਕਰੀਬਨ 550 ਖਿਡਾਰੀ ਇਸ ਮੇਲੇ ਟੱਚ ਕਰਦਾ ਵਾ, ਉਹ ਇਨਾਮ ਲੈ ਕੇ ਜਾਂਦਾ। ਅਸੀਂ ਜਿਹੜੇ ਨਗਦ ਇਨਾਮ ਵੀ ਦਿੰਦੇ ਹਾਂ, ਨਾਲ ਕਈ ਵਾਰ ਇੱਦਾਂ ਹੁੰਦਾ ਕਿ ਨਗਦ ਇਨਾਮ ਜਿਹੜੇ ਨੇ ਉਹ ਖਿਡਾਰੀ ਖਰਚ ਕਰ ਲੈਂਦੇ ਨੇ ਹੋਰਾਂ ਕੰਮਾਂ ਲਈ, ਇਸ ਲਈ ਉਹਨਾਂ ਨੂੰ ਆਪਾਂ ਖਾਣ ਲਈ ਚੀਜ਼ਾਂ ਜਿੱਦਾਂ ਬਦਾਮ ਜਾਂ ਹੋਰਾਂ ਚੀਜ਼ਾਂ ਦੁੱਧ ਘਿਓ ਦਿੰਦੇ ਹਾਂ, ਤਾਂ ਕਿ ਉਹ ਜਿਹੜੇ ਇਨਾਮ ਨੂੰ ਸਹੀ ਤਰੀਕੇ ਨਾਲ ਆਪਣੇ ਸਰੀਰ 'ਤੇ ਲਾ ਸਕਣ ਅਤੇ ਉਹਦੀ ਆਹ ਨਾ ਹੋਵੇ ਕਿ ਕੈਸ਼ ਲੈ ਕੇ ਅਤੇ ਉਹ ਕੋਈ ਹੋਰ ਵਰਤੋਂ ਕਰ ਸਕਣ। ਜਿਸ ਡੈਡੀਕੇਸ਼ਨ ਨਾਲ ਇਹ ਇਹਨਾਂ ਖੇਡਾਂ ਨੂੰ ਕਰਾਉਂਦੇ ਆ, ਅਤੇ ਅੱਜ 9.5 ਸਾਲ ਸਰਕਾਰ 'ਤੇ ਹੋ ਗਏ, ਹਰ ਸਾਲ ਇਸ 3 ਦਿਨ ਜਿਹੜਾ ਮੇਲਾ ਇੱਥੇ ਚੱਲਦਾ, ਜਦੋਂ ਕਦੇ ਹਮੇਸ਼ਾ ਇਨਸ਼ੋਰ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜਾਂ ਡਿਪਟੀ CM ਸਾਹਿਬ ਜਾਂ ਕੋਈ ਮਿਨਿਸਟਰ ਇੱਥੇ ਆਵੇ। ਆਪੇ ਉਹਨਾਂ ਦਾ ਏਜੰਡਾ ਇੱਕ ਹੁੰਦਾ ਕਿ ਅਸੀਂ ਜੋ ਇੱਥੇ ਖੇਡਾਂ ਕਰਾ ਰਹੇ ਹਾਂ ਪਿੰਡ ਲੈਵਲ 'ਤੇ, ਇਹ ਖੇਡਾਂ ਪਹੁੰਚਾ ਰਹੇ ਹਾਂ, ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ। ਉੱਥੇ ਹੀ ਮੈਂ ਸਮਝਦਾ ਜੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਆ ਕੇ ਵੀ ਇੱਥੇ ਵੱਡੇ ਫੈਸਲੇ ਜਾਂ ਪ੍ਰੋਜੈਕਟ ਐਲਾਨ ਕਰਦੇ ਆ, ਉਹਦੇ ਨਾਲ ਗੁਰਦਾਸਪੁਰ ਹਲਕੇ ਦਾ ਬੱਬੇ ਵਾਲੀ ਸਾਹਿਬ ਦਾ ਵੀ ਮਾਣ ਮਹੱਤਵ। ਸੀ ਆਈ ਥਿੰਕ ਐਜੂਕੇਟਡ ਐਂਡ ਪੀਪਲ ਹੂ ਅੰਡਰਸਟੂਡ ਪੋਲੀਟਿਕਸ ਵੈਰੀ ਵੈਲ ਨਿਊ ਦੇਰ ਵਾਜ ਨੈਵਰ ਅ ਵੈਰੀ ਫਿਊ ਦੇਰ ਵਾਜ ਨੈਵਰ ਅ ਫਿਊਚਰ ਫੋਰ ਆ। ਵਾਈ ਆਈ ਸੇ ਦੈਟ ਇਸ ਬਿਕੋਜ਼ ਇਟ ਵਾਜ਼ ਅ ਪੀਪਲ ਹੂ ਹੈਡ ਕਮ ਟੂਗੈਦਰ। ਇੱਕ ਤਰੀਕੇ ਦੀ ਉਹਨਾਂ ਦੇ ਮਨ 'ਚ ਬੇਈਮਾਨੀ ਸੀ, ਐਂਡ ਉਹ ਬੇਈਮਾਨੀ ਦਾ ਪਰਦਾ ਫਾਸ਼ ਅੱਜ ਕੋਈ ਹੋਰ ਕੋਈ ਨਹੀਂ ਕਰ ਰਿਹਾ, ਉਹਨਾਂ ਦੇ ਆਪਣੇ ਬੰਦੇ ਕਰ ਰਹੇ। ਮੈਂ ਇੱਕ ਦੋ ਇੰਟਰਵਿਊ ਵੇਖੀਆਂ ਨੇ, ਸੁਣੀਆਂ ਨੇ, ਮੈਨੂੰ ਬੜੀ ਹੈਰਾਨਗੀ ਹੁੰਦੀ ਹੈ। ਛੋਟੇਪੁਰ ਸਾਹਿਬ ਇਹ ਗੱਲ ਕਹਿ ਰਹੇ ਕਿ ਮੈਂ ਪਾਪਾ ਦੀ ਭੰਡ ਨੂੰ ਚੁੱਕੀ ਫਿਰਦਾ ਸੀ, ਇੱਕ ਗਿਣੀ ਮਿੱਥੀ ਸਾਜਿਸ਼ ਸੀ। ਇਹ ਮੈਂ ਕਿਉਂ ਕਹਿੰਦਾ ਗਿਣੀ ਮਿੱਥੀ ਸਾਜਿਸ਼ ਸੀ, ਛੋਟੇਪੁਰ ਸਾਹਿਬ ਆਪ ਕਹਿੰਦੇ ਆ। ਜਦ ਉਹਨਾਂ ਨੂੰ ਕੇਜਰੀਵਾਲ ਨੇ ਗੱਲ ਕਹੀ ਕਿ ਤੂੰ ਐਡਮਿਟ ਕਰ ਲੈਣਾ ਸੀ ਕਿ ਤੂੰ ਲਾਈ ਆ, ਫਿਰ ਕੀ ਗੱਲ? ਕਹਿੰਦੇ ਜੇ ਮੈਨੂੰ ਪੰਥ ਤੋਂ ਕੱਢ ਦੇਣਾ ਸੀ, ਕਹਿੰਦਾ ਫਿਰ ਕੀ ਹੋ ਗਿਆ? ਸੋ ਪੰਜਾਬ ਪ੍ਰਤੀ, ਪੰਜਾਬੀਆਂ ਪ੍ਰਤੀ ਜੋ ਬੇਈਮਾਨ ਸੋਚ, ਐਂਡ ਮੈਂ ਅੱਜ ਤੱਕ ਨਹੀਂ ਇਹੋ ਜਿਹੀ ਸ਼ਬਦਾਵਲੀ ਸੁਣੀ। ਤੁਸੀਂ ਲਾਸਟ ਗੱਲ ਟਿਕਟਾਂ ਵਿੱਚ ਕੀ ਵਿਕਦੀਆਂ, ਜਿਹੜੇ ਅੱਜ ਇੰਨੀ ਬੇਈਮਾਨੀ ਵਿਖਾ ਰਹੇ ਆ, ਉਹ ਤਾਂ ਪੰਜਾਬ ਦੇ ਲੋਕਾਂ ਨਾਲ ਕਿਸ ਹੱਦ ਤੱਕ ਬੇਈਮਾਨ ਹੋ ਸਕਦੇ ਆ? ਇਹ ਅੱਜ ਉਹਨਾਂ ਦੇ ਲੋਕ ਜਗਜਾਰ ਕਰ ਰਹੇ ਆ। ਸੋ ਜਿਹੜਾ ਝਾੜੂ ਅੱਜ ਤੀਲਾ ਤੀਲਾ ਪਰਮਾਤਮਾ ਵੱਲੋਂ ਹੀ ਵਿਖਰਦਾ ਜਾਂਦਾ, ਇਹਦੇ ਬਾਰੇ ਮੈਂ ਜ਼ਿਆਦਾ ਕੁਛ ਹੋਰ ਕੀ ਕਹਿ ਦੇਣਾ। ਆਈ ਥਿੰਕ ਸਾਰਾ ਕੁਛ ਸਪਸ਼ਟ ਹੀ ਹੋ ਗਿਆ। ਅੱਜ ਦਿੱਲੀ 'ਚ ਮੈਂ ਵੇਖ ਰਿਹਾ ਸੀਗਾ, ਇੱਕ ਅੱਜ ਤੁਹਾਡੇ ਇੱਕ ਅਖਬਾਰ 'ਚ, ਅਜੀਤ ਅਖਬਾਰ 'ਚ ਫੋਟੋ ਵੀ ਲੱਗੀ ਹੈ, ਉਹ ਜਿਹਨੇ ਉਹ ਵੀਡੀਓ, ਰਵਿੰਦਰ ਕੰਗ ਸ਼ਾਇਦ ਉਹਦਾ ਨਾਂ ਹੈ, ਜਿਹੜਾ ਜੱਫੀ ਪਾਈ ਖਲੋਤਾ, ਇੱਕ ਪਾਸੇ ਵਿਮਨ ਸਿਕਿਉਰਿਟੀ ਦੀ ਗੱਲ ਕਰਦੇ ਆ ਅਤੇ ਬ੍ਰਿਸਬਨ 'ਚ ਉਹਨੂੰ ਸਜ਼ਾ ਹੋ ਰਹੀ ਹੈ ਔਰ ਡਿਸਰਿਸਪੈਕਟਿੰਗ ਅ ਵੂਮਨ, ਅਤੇ ਉਹਨੂੰ ਜੱਫੀ ਪਾਈ ਹੋਈ ਹੈ ਮਿਸਟਰ ਕੇਜਰੀਵਾਲ। MLA 'ਤੇ ਪਰਚੇ ਦਰਜ ਹੋ ਰਹੇ ਆ ਫੋਰ ਮੋਲੈਸਟੇਸ਼ਨ, ਅਤੇ ਹਲੇ ਪਤਾ ਨਹੀਂ CCTV ਕੈਮਰਾ ਕਿਹੜਾ ਇਹਨਾਂ ਨੇ ਲਵਾਉਣਾ, ਉਹਦੀ ਲਵਾਉਣ ਦੀ ਹਲੇ ਗੱਲ ਕਰਦੇ। ਹਰਸਿਮਰਤ ਕੌਰ ਬਾਦਲ ਜੀ ਅਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ
ਬਹੁਤ ਵਾਰੀ ਇਹ ਮੁੱਦੇ ਨੂੰ ਟੇਕ ਅਪ ਕੀਤਾ ਤੇ ਲੇਟਲੀ ਵੀ ਕੀਤਾ ਸੀ ਜਦੋਂ ਇੱਕ ਵਾਰੀ ਇਹ ਖਬਰ ਨਿਕਲੀ ਸੀ ਕਿ CBI ਵੱਲੋਂ ਕੋਈ ਕਲੋਜ਼ਰ ਰਿਪੋਰਟ ਦੀ ਗੱਲ ਚੱਲ ਰਹੀ ਹੈ ਉਦੋਂ ਹੀ ਹੋਮ ਮਿਨਿਸਟਰ ਸਾਹਿਬ ਨੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਸੀ ਕਿ ਜੋ ਵੀ ਇਹ ਕੇਸਿਸ ਆ ਕਿਉਂਕਿ ਕਾਂਗਰਸ ਵੇਲੇ ਇਹਨਾਂ ਲੀਡਰਾਂ ਨੂੰ ਪ੍ਰੋਟੈਕਟ ਕਰਨ ਦੀ ਜਿਹੜੇ ਇਸ ਜੈਨੋਸਾਈਡ ਲਈ ਰਿਸਪੋਂਸੀਬਲ ਸੀ ਉਹਨਾਂ ਲੀਡਰਾਂ ਨੂੰ ਨਵਾਜਣ ਦੀ ਇਨਕਰੇਜ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਅਤੇ ਉਸ ਗੱਲ ਦੀ ਸਾਰੀ ਖਦਸ਼ਾ ਨੂੰ ਜ਼ਾਹਿਰ ਕੀਤਾ ਸੀਗਾ ਹੋਮ ਮਿਨਿਸਟਰ ਸਾਹਿਬ ਕੋਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਰੀਓਪਨ ਹੋ ਰਿਹਾ ਮਗਰ ਮੈਂ ਨਾਲ ਹੀ ਬੇਨਤੀ ਕਰਦਾ ਕਿ ਟਾਈਮ ਬਾਊਂਡ ਤਰੀਕੇ ਨਾਲ ਆ ਜਗਦੀਸ਼ ਟਾਈਟਲਰ ਸੱਜਣ ਕੁਮਾਰ ਇਹ ਜਿਹੜੇ ਲੋਕ ਜਿਨ੍ਹਾਂ ਨੇ ਐਡਾ ਵੱਡਾ ਜੈਨੋਸਾਈਡ ਕੀਤਾ ਅਤੇ ਜਿਹੜੇ ਇਹਨਾਂ ਦੇ ਪ੍ਰੋਟੈਕਟਰਸ ਨੇ ਉਹਨਾਂ ਦੇ ਖਿਲਾਫ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਅਤੇ ਜਿਨ੍ਹਾਂ ਨੇ ਉਹਨਾਂ ਨੂੰ ਇੰਨਾ ਲੌਂਗ ਰੋਕ ਦੇ ਛੱਡਿਆ ਕਿ 32 ਸਾਲ ਬਾਅਦ ਹਲੇ ਹੋ ਗਏ ਅਤੇ ਉਹਨਾਂ ਨੂੰ ਸਜ਼ਾ ਨਹੀਂ ਮਿਲ ਰਹੀ ਉਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਦੇਖੋ ਸੈਸ਼ਨ ਇੱਕ ਔਨਗੋਇੰਗ ਹੁੰਦਾ ਜੀ ਸਰਕਾਰ ਤਾਂ ਰੋਜ਼ ਫੈਸਲੇ ਕਰ ਰਹੀ ਹੈ ਰੋਜ਼ ਨਵੀਂ ਤੋਂ ਨਵੀਂ ਰਵਾਇਤਾਂ ਦੇ ਰਹੀ ਹੈ BC ਬੈਕਵਰਡ ਕਲਾਸ ਨੂੰ ਵੀ ਬਹੁਤ ਵੱਡਾ ਫੈਸਲਾ ਦੇ ਕੇ ਆ ਬੱਤੀ ਦੇ ਯੂਨਿਟ ਮਾਫ਼ ਕੀਤੇ ਅਸੀਂ ਦਰਸ਼ਕ ਸੋ ਜੋ ਸਾਡੇ ਕਈ ਇਹੋ ਜਿਹੇ ਅਸੀਂ ਫੈਸਲੇ ਕੀਤੇ ਸੀ ਜਿਹੜੇ ਐਜ਼ ਵਿਧਾਨ ਸਭਾ 'ਚ ਪਾਸ ਕਰਾਉਣ ਵਾਲੇ ਉਹ ਪਾਸ ਕਰਾਏ ਜਾਣਗੇ ਮਗਰ ਸਰਕਾਰ ਨੇ ਅੱਜ ਤੋਂ ਨਹੀਂ ਅੱਜ ਵੀ ਤੁਸੀਂ ਵੇਖ ਲਓ ਵਾਰ ਵਾਰ ਵਿਰੋਧੀ ਦਾ ਇੱਕ ਆਰੋਪ ਹੁੰਦਾ ਸੀ ਕਿ ਖਜ਼ਾਨਾ ਖਾਲੀ ਮਗਰ ਜਿੰਨੀ ਡਿਵੈਲਪਮੈਂਟ ਹੁਣ ਆਈ ਹੈ ਉਨੀ ਪਹਿਲਾਂ ਕਦੇ ਨਹੀਂ ਹੈ ਮਗਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਇਜ਼ ਔਨ ਰਿਕਾਰਡ ਕਿ 2.5 ਲੱਖ ਦੇ ਨੇੜੇ ਤੇੜੇ ਨੌਕਰੀ ਮਿਲੀ ਹੈ ਪਾਰਦਰਸ਼ੀ ਤਰੀਕੇ ਨਾਲ ਮਿਲੀ ਹੈ ਇੱਕ ਵੀ ਨੌਕਰੀ ਹਾਈ ਕੋਰਟ ਦੇ ਘੇਰੇ 'ਚ ਕਿਸੇ ਤਰੀਕੇ ਨਾਲ ਚੈਲੇਂਜ ਨਹੀਂ ਹੋ ਜੇ ਖਜ਼ਾਨਾ ਖਾਲੀ ਹੁੰਦਾ ਤਾਂ ਨਾ ਹੀ ਤਰੱਕੀ ਆਉਣੀ ਸੀ ਜੇ ਖਜ਼ਾਨਾ ਖਾਲੀ ਹੁੰਦਾ ਤਾਂ ਨਾ ਕਿਸਾਨਾਂ ਨੂੰ ਬੱਤੀ ਦੇ ਜਿਹੜੇ ਲੰਬੇ ਬਿੱਲ ਦੇ ਮਾਫ਼ੀ ਮਿਲਣੀ ਸੀ ਨਾ SC ਭਾਈਚਾਰੇ ਨੂੰ ਨਾ BC ਭਾਈਚਾਰੇ ਨੂੰ ਨਾ ਭਰਤੀ ਹੋਣੀ ਸੀ ਸੋ ਇਹ ਮਿੱਥ ਜਿਹੜਾ ਓਪੋਜੀਸ਼ਨ ਇੱਕ ਅਡੰਬਰ ਰਚਦਾ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਉਹਦਾ ਮੂੰਹ ਤੋੜਵਾ ਜਵਾਬ ਹੁਣ ਪੰਜਾਬ ਦੇ ਲੋਕ 2017 ਦੀ ਇਲੈਕਸ਼ਨ 'ਚ ਮੈਂ ਮੰਨਦਾ ਦਊਂ ਗੁਰਦਾਸਪੁਰ ਤੋਂ ਭਪਾਲ ਸਿੰਘ ਦੀ ਰਿਪੋਰਟ ਜਗ ਸੇਵਕ ਵੈਬ TV